ਹੰਦਵਾਲਾ ਪ੍ਰੀਤ ਕਹਿੰਦੇ ਖੇਡਿਆ ਸੇਵਾ ਸਿੰਘ ਜੀ ਸ਼ੀਰ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੇ ਲਈ ਆਓ ਕਰਾਈ ਬੱਲੇ ਬੱਲੇ ਤੇ ਮੁੰਡਾ ਅੱਜ ਕੱਲ ਮੇਲਿਆਂ ਦੇ ਵਿੱਚ ਬੱਲੇ ਬੱਲੇ ਕਰਾ ਰਿਹਾ ਹੈ ਗੋਪੀ ਦਾ ਸ਼ਿਗਰਦ ਹੈ ਸਿੰਘ ਮਾਰਦੇ ਠੋਕਰ ਤਖਤਾ ਤਾਜਾ ਨਾ ਆਹ ਹਰਪਾਲ ਸਿੰਘ ਜੀ ਕੋਕਰਾਂ ਦੇ ਵਿੱਚ ਬੱਲੇ ਬੱਲੇ ਹੋਣੀ ਹੈ ਪਰ ਆਹ ਜੱਗਾ ਅਲਗੋ ਵਾਲਾ ਤਾਂ ਸੁਗਾ ਨੇ ਪੁੱਤ ਵੀ ਰਿਕਾਰਡ ਕਿੰਗ ਹੈ ਮੇਰੇ ਵੀਰੋ ਆਓ ਸਾਹਮਣੇ ਅਮਰਤਪਾਲ ਸਿੰਘ ਸੁਰ ਸਿੰਘ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਪਹਿਲੀ ਰੇਡ ਵਧਿਆ ਹੋਇਆ ਹੈ ਇੱਕ ਪਾਸੇ ਗੁਰੂ ਹੈ ਨਾਲ ਚੇਲਾ ਹੈ ਨਾਲ ਭਰਾ ਭਰਾ ਖੜੇ ਹੈ ਗੁਰੂ ਚੇਲੇ ਤੇ ਕਹਿੰਦੇ ਆਓ ਸਾਹਮਣੇ ਚੇਲਾ ਲੱਤੂ ਵਾਲਾ ਪ੍ਰੀਤ ਫਰੰਦੀਪੁਰੀਏ ਗੋਪੀ ਦਾ ਚੇਲਾ ਲਾ ਤਕੜਾ ਜਫਾ ਆਪਣੀ ਟੀਮ ਦੇ ਲਈ ਪਹਿਲੀ ਕਬੱਡੀ ਸਿੱਖ ਸਰਦਾਰ ਨਾ ਫੜ ਕਮਲੀਏ ਨਹੀਂ ਨਾ ਫੜ ਉੜਦਿਆਂ ਬਾਜਾਂ ਨੂੰ ਸਿੰਘ ਮਾਰਦੇ ਠੋਕਰ ਤਖਤਾ ਤਾਜਾ ਨੂੰ ਆ ਹਰਪਾਲ ਸਿੰਘ ਜੀ ਕੋਕੋ ਅਲਗੋ ਵਾਲਿਆਂ ਦਾ ਚੇਤਾ ਖਿਡਾਰੀ ਹੈ ਰੇਸ਼ਮ ਮੱਦਰ ਦਾ ਚੇਤਾ ਖਿਡਾਰੀ ਹੈ ਆ ਇਧਰਲੇ ਪਾਸੇ ਜੱਗਾ ਅਲਗੋ ਵਾਲਾ ਚੱਕੇ ਜਾਮ ਹੋ ਗਏ ਤੁਰੀ ਜਾਂਦੀ ਰੇਲ ਦੇ ਪਹਿਲੀ ਕਬੱਡੀ ਤੇ ਖੜਕਾ ਦੜਕਾ ਸਖੀਰੇ ਵਾਲਿਓ ਤਾੜੀ ਕਾਲਮਾ ਪਿੰਡ ਹੈ ਇਸ ਨੌਜਵਾਨ ਦਾ ਇੱਕ ਗੁਰਵਿੰਦਰ ਕਾਲਮਾ ਦਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਇੱਕ ਤੁਹਾਡੇ ਸਾਹਮਣੇ ਇਹ ਅਜੇ ਹੈ ਕਾਲਮਾ ਪਿੰਡ ਵਾਲਾ ਇਸ ਲਈ ਪਾ ਰਿਹਾ ਕਬੱਡੀ ਚਾਰ ਜਾਫੀ ਇੱਕ ਪਾਸੇ ਤਿਆਰਬਾ ਔਰ ਦੂਜੇ ਪਾਸੇ ਚੜ੍ਹਦੀ ਵਰੇਸ चार जाफियों ते कबड्डी पाउंदा है इह सतगुरु बैरीगेट वालियां दा कहिंदे चेता खिडारी है आओ चार दसंबर नूं दुनिया दे वड्डे मल ते तीन तरीक नूं कहिंदे खेड मेला कैरों दे विच बल्ले बल्ले होणी है पर आओ जग्गा अलगो वाला तां सुगा साहब ਹਲੇ ਸ਼ੁਰੂਆਤ ਕਰਨ ਵਾਲਿਓ ਪਲੀਜ਼ ਥੋੜਾ ਤੁਰ ਫਿਰ ਕੇ ਇਹ ਤਾਂ ਇਕੱਠ ਨਾ ਕਰੀਏ ਪੰਜਾਬ ਪੁਲਿਸ ਵਾਲੇ ਥੋੜਾ ਇਹਨਾਂ ਵੀਰਾਂ ਨੂੰ ਆਖੋ ਵੀ ਜਿਹੜੇ ਸਪੇਅਰ ਨੇ ਥੋੜਾ ਪਿੱਛੇ ਕਰਕੇ ਬਿਠਾ ਲਓ ਇਹ ਫਰੰਦੀਪੁਰ ਦਾ ਕਬੱਡੀ ਕੱਪ ਹੈ ਧੰਨ ਧੰਨ ਬਾਬਾ ਬੋਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਰਾਜ ਉਹਨਾਂ ਦਾ ਸਲਾਨਾ ਜੋੜ ਮੇਲਾ ਤੇ ਧਰਤੀ ਫਰੰਦੀਪੁਰ ਦੀ ਆ ਆ ਗੋਪੀ ਦਾ ਚੇਲਾ ਆ ਗੁੱਟ ਫੜ ਕੇ 51,000 ਦੇ ਲਫਾਫੇ ਨੂੰ ਚੈੱਕ ਕਰਦਾ ਚੈੱਕ ਕਰਦਾ ਚੈੱਕ ਕਰਦਾ ਹੋ ਲੱਡੂ ਵਾਲਾ ਪ੍ਰੀਤ ਕਹਿੰਦੇ ਦਰਸ਼ਕਾਂ ਨੂੰ ਸਿੱਖ ਸਰਦਾਰ ਤੋਤ ਦੀ ਲਗਰ ਵਰਗਾ ਮੁੰਡਾ ਛਾਣਵੇਂ ਜੇ ਸਰੀਰ ਦੇ ਵਿੱਚ ਚਾਰ ਜਾਫੀਆਂ ਤੇ ਬੋਲਿਆ ਧਾਵਾ ਇੱਕ ਸਾਈਡ ਤੇ ਦਹਿਸ਼ਤ ਹੈ ਕਹਿੰਦੇ ਰੇਡਰਾਂ ਦੇ ਵਿੱਚ ਜੱਗੇ ਅਲਗੋ ਵਾਲੇ ਦੀ ਉਹ ਪੱਟ ਭਰ ਕੇ ਕਹਿੰਦੇ ਮੂਧੇ ਮਾਰੀ ਜਾਂਦਾ ਹੈ ਦੁਨੀਆ ਦੇ ਵੱਡੇ ਮਾਲ ਸੁਗਾ ਸਾਹਿਬ ਮੈਨੂੰ ਲੱਗਦਾ ਵੀ ਤੀਜਾ ਲਿਖ ਦਿਓ ਕਾਪੀ ਤੇ ਤੀਜਾ ਦੇ ਮੈਨੂੰ ਲੱਗਦਾ 1100 ਨੂੰ ਹੱਥ ਪਾ ਲਿਓ ਫਿਰ ਬਿਲਕੁਲ ਤਿਆਰ ਨੇ ਚੜ ਇਸਦੇ ਦੋ ਨੇ ਮੇਰੇ ਵੀਰੋ ਗੋਪੀ ਦੇ ਜੱਫੇ ਤਜਰਬਾ 3000 ਮੰਨਾ ਸਰਪੰਚ ਚੱਪਾ ਤੇ ਬਿੰਦਾ ਭੁੱਚਰ ਜੀ ਨਾਲ ਗੋਰਾ ਰੱਬ ਜੀ ਹਰਵਿੰਦਰ ਨੰਬਰਦਾਰ ਤੇ ਬਘੇਲ ਸਿੰਘ ਜੀ ਕਹਿੰਦੇ ਆ ਅੱਜ ਕਹਿੰਦੇ ਫਰਿਆਦ ਆ ਇਹ ਕਹਿੰਦੇ ਪ੍ਰੀਤ ਲੱਦੂ ਵਾਲਾ ਕੈਂਠਾ ਪਾਇਆ ਜਾਣਾ ਇਹ ਬਾਈ ਜੋਵਨ ਖੰਡੂਰ ਸਾਹਿਬ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਤੇ ਧੱਕ ਪਾਈ ਦੇ ਮਾਝੇ ਦਾ ਨਾਮ ਰੋਸ਼ਨ ਕੀਤਾ ਹੈ ਬੈਸਟਾਂ ਦੇ ਵਿੱਚ ਵੱਡਾ ਨਾਮ ਆਇਆ ਔਰ ਸਿੰਮੂ ਕੰਗ ਕੱਲੇ ਵਾਲਾ ਕਹਿੰਦੇ ਰਾਜੋ ਰਾਜੋ ਤੇਰਾ ਜਹਾ ਨਿਸ਼ਾਨ ਸਿੰਘ ਜੀ ਸਰਪੰਚ ਤੇ ਹਰਦੀਪ ਸਿੰਘ ਜੀ ਸਰਪੰਚ ਵੱਲੋਂ ਫਿਰ 500 ਦਾ ਸਰਪੰਚ ਸਾਹਿਬ ਕਰ ਦਈਏ 1000 ਦਾ ਸਰਪੰਚ ਸਾਹਿਬ ਕਹਿੰਦੇ ਕਰਦੇ ਗੋਰੇ ਰੱਬ ਤੇ ਹਰਵਿੰਦਰ ਲੰਬੜਦਾਰ ਦੇ ਵੱਲੋਂ ਦਿੱਤਾ ਜਾਵੇਗਾ ਸੁਲਤਾਨ ਕਹਿੰਦਾ ਅੱਜ ਫਰੰਦੀਪੁਰੀਏ ਗੋਪੀ ਦੇ ਕਬੱਡੀ ਕੱਪ ਦੇ ਬੈਸਟ ਹੋਣ ਦਾ ਮਾਣ ਪ੍ਰਾਪਤ ਕਰਦਾ ਤਾਂ ਪੈਂਦੀਆਂ ਰੇਡਾਂ ਰੁਪਿੰਦਰ ਬਾਈ ਕਰ ਗੱਲ ਆਓ ਸਾਹਮਣੇ ਰੇਸ਼ਮ ਚੰਬੇ ਘੜਕੇ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਰੇਸ਼ਮ ਪਹਿਲੇ ਮੈਚ ਦੇ ਵਿੱਚ ਕਹਿੰਦੇ ਜਾਮਾ ਰਾਏ ਵਾਲਾ ਖੇਡਿਆ ਆਹ ਲੱਦੂ ਵਾਲਾ ਪ੍ਰੀਤ ਕਹਿੰਦੇ ਖੇਡਿਆ ਸੇਵਾ ਸਿੰਘ ਜੀ ਸ਼ੀਰ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੇ ਲਈ ਆਹ ਕਰਾਈ ਬੱਲੇ ਬੱਲੇ ਤੇ ਮੁੰਡਾ ਅੱਜ ਕੱਲ ਮੇਲਿਆਂ ਦੇ ਵਿੱਚ ਬੱਲੇ ਬੱਲੇ ਕਰਾ ਰਿਹਾ ਹੈ ਗੋਪੀ ਦਾ ਸ਼ਿਗਰਦ ਹੈ ਗੋਪੀ ਦਾ ਸ਼ਿਗਰਦ ਹੈ ਪ੍ਰੀਤ ਨਾ ਪ੍ਰੀਤ ਸਿੰਘਾਪੁਰੀਆ ਕਹਿੰਦਾ ਵੀ ਠੰਡਾ ਠੰਡਾ ਅਜੇ ਸਮਾਂ ਚੇਚੇ ਤੌਰ ਤੇ ਕਬੱਡੀ ਦੇ ਖੜਾਏ ਆ ਇਹਦਾ ਵੀ ਸਨਮਾਨ ਕਰਨਾ ਹੈ ਪਰ ਆਹ ਸਾਹਮਣੇ ਗੋਪੀ ਕੈਰੋਂ ਵਾਲਾ ਇਹ ਵੀ ਪਾਉਂਦਾ 500 ਦੀਆਂ ਕਬੱਡੀਆਂ ਸਰਪੰਚ ਸਾਹਿਬ ਨੇ ਮਾਇਆ ਲਾਉਂਦੇ ਦਿਲ ਖੋਲ ਕੇ ਗੁਰਜੰਟ ਸਤਗੁਰ ਬੈਰੀਗੇਟ ਵਾਲੇ ਵੀਰ ਪੁੱਜੇ ਹੋਏ ਆ ਪਰ ਆਹ ਸਾਹਮਣੇ ਜੱਗਾ ਅਲਗੋ ਵਾਲਾ ਅੱਜ ਤਾਂ ਹਰਪਾਲ ਸਾਡਾ ਕਹਿੰਦਾ ਹੋਣਾ ਅਲਗੋ ਵਾਲਾ ਰੇਸ਼ਮ ਮੱਦਰ ਜੀ ਕਹਿੰਦੇ ਹੋਣੇ ਆ ਵੀ ਜੱਗਾ 25 ਤਰੀਕ ਦੀ ਤਿਆਰੀ ਕਰ ਰਿਹਾ ਆਹ ਜੱਗਾ 25 ਤਰੀਕ ਦੀ ਤਿਆਰੀ ਕਰ ਰਿਹਾ